ਫਰੀ ਵਰਕ ਪਰਮਿਟ ਲੈਣਾ ਹੋਵੇ ਨਾ ਤਾਂ ਜੋਬ ਕੈਨੇਡਾ ਜੋਬ ਬੈਂਕ ਗੂਗਲ 'ਤੇ ਜਾ ਕੇ ਸਰਚ ਕਰਨਾ ਤੁਸੀਂ, ਠੀਕ ਹੈ ਜੀ। ਇਹ ਫੋਰਨਰ ਵਾਸਤੇ ਹੈ, ਇਹ ਨਾ ਸੋਚੋ ਕਿ ਤੁਹਾਨੂੰ ਕੈਨੇਡਾ ਵਾਲੇ ਬੰਦਿਆਂ ਵਾਸਤੇ ਵਰਕ ਪਰਮਿਟ ਹੈਗਾ। ਏਜੰਟ ਇੱਥੋਂ ਹੀ LMI ਅਪਰੂਵਡ ਜੋਬਸ ਲੱਭਦੇ ਆ। ਆ ਜਾਓ, ਤੁਹਾਨੂੰ ਪ੍ਰੋਪਰ ਵੀਡੀਓ ਦੇ ਵਿੱਚ ਦਿਖਾਉਣਾ। ਜਦੋਂ ਤੁਸੀਂ ਕੈਨੇਡਾ ਜੋਬ ਬੈਂਕ ਲਿਖੋਗੇ ਨਾ, ਉੱਥੇ ਆਜੂਗਾ ਟੈਂਪਰੇਰੀ ਫੋਰਨ ਵਰਕਰ, ਠੀਕ ਹੈ ਜੀ। ਟੈਂਪਰੇਰੀ ਫੋਰਨ ਵਰਕਰ ਜਿਹੜੇ ਆਪਣੇ ਬਾਹਰਲੇ ਕੈਨੇਡਾ ਤੋਂ ਬਾਹਰ ਰਹਿੰਦੇ ਨੇ, ਠੀਕ ਹੈ ਜੀ, ਉਹਨਾਂ ਵਾਸਤੇ ਫਾਈਂਡ ਅ ਨਿਊ ਜੋਬ, ਠੀਕ ਹੈ ਜੀ, ਕੈਨੇਡਾ ਦੇ ਵਿੱਚ ਅਤੇ ਜਾਂ ਆਊਟਸਾਈਡ ਆਫ ਕੈਨੇਡਾ, ਠੀਕ ਹੈ। ਲੀਮੀਆ ਅਪਰੂਵਡ ਜੋਬਸ, ਸਾਰੇ ਆਪਣੇ ਪੰਜਾਬੀ ਏਜੰਟ ਇੱਥੋਂ ਠੱਗਦੇ ਆ ਤੁਹਾਨੂੰ, ਜਿਹੜੀ ਕਿ ਲੀਮੀਆ ਦਾ ਕੋਈ ਚਾਰਜਿਸ ਨਹੀਂ ਹੁੰਦਾ, $1,000 ਹੁੰਦਾ, ਠੀਕ ਹੈ ਜੀ। ਸੋ ਮੈਂ ਤੁਹਾਨੂੰ ਦਿਖਾਉਂਦਾ ਇੱਥੇ ਜੋਬ ਹੈਗੀ ਨੇ ਫਾਰਮ ਵਰਕ। ਤੁਸੀਂ 10ਵੀਂ ਪਲੱਸ ਟੂ ਪਾਸ ਹੈਗੇ ਹੋ ਤਾਂ ਵੀ ਤੁਸੀਂ ਐਗਰੀਕਲਚਰ ਦਾ ਫਾਰਮ ਵਰਕ ਅਪਲਾਈ ਕਰ ਸਕਦੇ ਹੋ। ਤੁਹਾਨੂੰ ਖੋਲ੍ਹ ਕੇ ਦਿਖਾਉਂਦਾ ਕਿਵੇਂ। ਜਦੋਂ ਜੋਬ ਆਪਾਂ ਓਪਨ ਕੀਤੀ, ਫਾਰਮ ਵਰਕਰ ਚਾਹੀਦੇ ਨੇ, $16 ਘੰਟੇ ਦੀ ਤਨਖਾਹ ਹੈਗੀ। 40 ਘੰਟੇ ਤੁਸੀਂ ਕੰਮ ਕਰਨਾ, ਪਰਮਾਨੈਂਟ ਹੈਗਾ ਕੰਮ ਜੀ। ਐਜ਼ ਸੂਨ ਐਜ਼ ਪੋਸੀਬਲ ਚਾਹੀਦੇ ਨੇ, 5 ਬੰਦੇ ਚਾਹੀਦੇ ਨੇ ਅਤੇ ਵੈਲਿਡ ਹੈ। ਇਹ ਕੈਨੇਡਾ ਦੀ ਪਰਸਨਲ ਵੈਬਸਾਈਟ ਹੈਗੀ ਹੈ ਜਿੱਥੇ ਲੋਕ ਏਜੰਟ ਤੁਹਾਨੂੰ ਪਾਗਲ ਬਣਾਉਂਦਾ। ਆਪਣੇ ਪੰਜਾਬੀਆਂ ਦਾ ਸੁਪਨਾ ਹੁੰਦਾ ਕਿ ਸਾਨੂੰ LMI ਅਪਰੂਵਡ ਜੋਬ ਮਿਲ ਜੇ। LMI ਦਾ ਅਸੀਂ 25-25 ਲੱਖ ਰੁਪਇਆ ਚੱਕੀ ਫਿਰਦੇ ਹਾਂ ਪੰਜਾਬ ਦੇ ਵਿੱਚ ਏਜੰਟਾਂ ਨੂੰ ਦੇਣ ਵਾਸਤੇ, ਅਤੇ ਇੱਥੋਂ ਹੀ ਏਜੰਟ ਲੱਭਦੇ ਆ, ਟਾਈਅਪ ਕਰਦੇ ਆ। ਮਿਹਨਤ ਜ਼ਰੂਰ ਲੱਗਦੀ ਹੈ, ਤੁਹਾਡਾ ਕੈਨੇਡੀਅਨ ਸਟਾਈਲ CV ਜ਼ਰੂਰ ਹੋਣਾ ਚਾਹੀਦਾ ਵਧੀਆ, ਅਤੇ ਤੁਸੀਂ ਇਹਨਾਂ ਜੋਬ ਨੂੰ ਅਪਲਾਈ ਕਰ ਸਕਦੇ ਹੋ। ਅੱਛਾ ਜੀ, ਸਪੈਸ਼ਲ ਲਿਖਿਆ ਹੋਇਆ ਤੁਹਾਨੂੰ ਮੈਂ ਦਿਖਾ ਦੇਣਾ, ਆਹ ਸਪੈਸ਼ਲ ਮੈਸੇਜ ਲਿਖਿਆ ਹੋਇਆ ਦੇਖੋ। ਦਿਸ ਇੰਪਲੋਇਰ ਹੈਜ਼ ਅਪਲਾਈਡ ਫੋਰ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ, ਲੀਮੀਆ ਜਿਹਨੂੰ ਕਹਿ ਦਿੰਦੇ ਆ, ਟੂ ਹਾਇਰ ਅ ਫੋਰਨ ਵਰਕਰ ਟੂ ਫਿਲ ਲੇਬਰ ਔਰ ਸਕਿੱਲ ਸ਼ੋਰਟੇਜ ਓਨ ਆ ਟੈਂਪਰੇਰੀ ਬੇਸਿਸ। ਤੁਹਾਨੂੰ ਟੈਂਪਰੇਰੀ ਬੇਸਿਸ 'ਤੇ ਜਿਹੜਾ ਕੈਨੇਡਾ ਦਾ ਵਰਕ ਪਰਮਿਟ ਮਿਲ ਸਕਦਾ ਹੈ। ਉਸ ਤੋਂ ਬਾਅਦ ਆਹ ਦੇਖੋ, ਜੋਬ ਬੈਂਕ ਵੱਲੋਂ ਹੈਗੀ ਹੈ ਅਤੇ ਵੈਰੀਫਾਈਡ ਨੇ ਜੀ, ਠੀਕ ਹੈ ਜੀ। ਇਹ ਚੀਜ਼ਾਂ ਬਹੁਤ ਜ਼ਰੂਰੀ ਨੇ, ਤੁਹਾਨੂੰ ਸਮਝਣ ਦੀ ਲੋੜ ਹੈਗੀ ਹੈ। ਤੁਹਾਨੂੰ ਇੱਕ ਚੀਜ਼ ਹੋਰ ਦਿਖਾ ਦੇਣਾ, ਆਹ ਵੇਖੋ, ਆਹ ਚੀਜ਼ ਜਿਹੜੀ ਲਿਖੀ ਹੋਈ ਹੈ, ਹੂ ਕੈਨ ਅਪਲਾਈ ਫੋਰ ਦਿਸ ਜੋਬ। ਦ ਇੰਪਲੋਇਰ ਐਕਸੈਪਟ ਐਪਲੀਕੇਸ਼ਨ ਫਰੋਮ ਕੈਨੇਡੀਅਨ ਸਿਟੀਜ਼ਨ ਐਂਡ ਪਰਮਾਨੈਂਟ ਰੈਜ਼ੀਡੈਂਟ ਆਫ ਕੈਨੇਡਾ, ਜਿਹੜੇ ਕੈਨੇਡਾ ਦੇ ਵਿੱਚ ਰਹਿੰਦੇ ਨੇ ਅਤੇ ਜਾਂ ਉਹਨਾਂ ਕੋਲ ਸਿਟੀਜ਼ਨ ਹੈਗੀ, ਉਹ ਵੀ ਅਪਲਾਈ ਕਰ ਸਕਦੇ ਆ। ਦੂਜਾ ਲਿਖਿਆ, ਅਦਰ ਕੈਨੇਡੀਅਨ ਵਿਦ ਔਰ ਵਿਦਆਊਟ ਅ ਵੈਲਿਡ ਕੈਨੇਡੀਅਨ ਪਰਪਸ, ਜਿਹਨਾਂ ਕੋਲ ਕੈਨੇਡਾ ਦਾ ਵਰਕ ਪਰਮਿਟ ਨਹੀਂ ਹੈਗਾ ਨਾ, ਉਹ ਵੀ ਅਪਲਾਈ ਕਰ ਸਕਦੇ ਆ। ਮਤਲਬ ਕਿ ਆਪਣੇ ਵਰਗੇ ਜਿਹੜੇ ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ ਬੈਠੇ ਨੇ, ਅਤੇ ਇਹ ਜਿਹੜੀ ਜੋਬ ਹੈਗੀ ਆ ਆਪਣੇ ਪੰਜਾਬੀ ਭਰਾ ਦੀ ਹੈਗੀ, ਉੱਥੇ ਪੰਜਾਬੀ ਫਾਰਮ ਹੈਗਾ, ਉਹਨਾਂ ਦੇ ਲੈਂਡ ਹੈਗੀ ਹੈ, ਜ਼ਮੀਨ ਹੈਗੀ, ਉਹਨੂੰ ਬੰਦੇ ਚਾਹੀਦੇ ਨੇ। ਅਤੇ ਇੱਥੇ ਮੈਂ ਤੁਹਾਨੂੰ ਦਿਖਾ ਦੇਣਾ, ਸ਼ੋ ਡਿਟੇਲਸ 'ਤੇ ਜਾਓਗੇ ਤੁਸੀਂ, ਇੱਥੇ ਦੇਖੋ ਆ ਕਲਿਕ ਕੀਤਾ, ਸ਼ੋ ਡਿਟੇਲਸ 'ਤੇ ਕਲਿੱਕ ਕਰੋਗੇ, ਇੱਥੇ ਸਾਰੇ ਲਿਖਿਆ ਹੋਇਆ। ਲੈਂਗੁਏਜ ਇੰਗਲਿਸ਼ ਆਉਣੀ ਚਾਹੀਦੀ ਹੈ, ਜਰਨਲ ਦੇ ਵਿੱਚ ਤੁਹਾਡੇ ਕੋਲ 5 ਬੈਂਡ ਹੋਣੇ ਚਾਹੀਦੇ ਨੇ, ਡਿਗਰੀ ਕੋਈ ਨਹੀਂ ਚਾਹੀਦੀ, ਸਰਟੀਫਿਕੇਟ ਕੋਈ ਨਹੀਂ ਚਾਹੀਦਾ, ਡਿਪਲੋਮਾ ਕੋਈ ਨਹੀਂ ਚਾਹੀਦਾ, ਸਿਰਫ ਪਲੱਸ ਟੂ ਕਰਨੀ ਪੈਣੀ ਹੈ ਤੁਹਾਨੂੰ। ਐਕਸਪੀਰੀਅੰਸ ਅਗਰ ਤੁਹਾਡੀ ਜ਼ਮੀਨ ਦੇ ਵਿੱਚ ਤੁਹਾਡੇ ਕੋਲ ਹੈਗਾ ਐਕਸਪੀਰੀਅੰਸ ਤਾਂ ਬਹੁਤ ਵਧੀਆ ਗੱਲ ਹੈ, ਠੀਕ। ਐਕਸਪੀਰੀਅੰਸ ਐਂਡ ਐਸੈਟ, ਜੇ ਵਧੀਆ ਹੈਗਾ, ਜੇ ਹੈਗਾ ਤਾਂ ਵਧੀਆ ਗੱਲ ਹੈ, ਨਹੀਂ ਹੈਗਾ ਤਾਂ ਕੋਈ ਚੱਕਰ ਵਾਲੀ ਗੱਲ ਨਹੀਂ। ਉਸ ਤੋਂ ਬਾਅਦ ਆਹ ਦੇਖੋ, ਰਿਸਪੋਂਸੀਬਿਲਿਟੀਜ਼ ਕੀ ਹੈਗੀਆਂ ਨੇ ਤੁਹਾਡੀਆਂ, ਠੀਕ ਹੈ। ਪਲਾਂਟ ਜ਼ਿੰਮੇਦਾਰੀ, ਤੁਹਾਨੂੰ ਪਤਾ ਯਾਰ ਕੀ ਕਰਨਾ ਹੁੰਦਾ। ਆਪਾਂ ਐਗਰੀਕਲਚਰ ਦੇ ਕੰਮ ਦੇ ਵਿੱਚ ਆਪਾਂ ਖੇਤੀਬਾੜੀ ਪੂਰੀ ਕਰਨੀ ਹੈ, ਕਲਟੀਵੇਟ ਕਰਨਾ ਹੈ, ਠੀਕ ਹੈ, ਕਰੋਪਸ ਨੂੰ ਕੱਟਣਾ ਵੀ ਹੈ, ਫਰਟੀਲਾਈਜ਼ ਵੀ ਕਰਨਾ ਹੈ, ਸਪਰੇਅ ਵੀ ਦੇਣੀ ਹੈ ਉਹਨਾਂ ਨੂੰ, ਹਾਰਵੈਸਟ ਵੀ ਕਰਨਾ ਹੈ, ਠੀਕ ਹੈ, ਕੱਟਣੇ ਵੀ ਹੈ ਉਹਨਾਂ ਨੂੰ, ਲਗਾਉਣਾ ਵੀ ਹੈ, ਠੀਕ ਹੈ, ਓਪਰੇਟ ਐਂਡ ਮੇਨਟੇਨ ਫਾਰਮ ਮਸ਼ੀਨਰੀ, ਉੱਥੇ ਟਰੈਕਟਰ ਜਿਹੜੇ ਹੁੰਦੇ ਨੇ ਉਹਨਾਂ ਨੂੰ ਚਲਾਉਣਾ, ਇਕਿਪਮੈਂਟ ਨੂੰ ਰੱਖਣਾ, ਸਹੀ ਕਰਨਾ, ਠੀਕ ਹੈ, ਐਗਜ਼ਾਮ ਪ੍ਰੋਡਿਊਸ ਫੋਰ ਕੁਆਲਿਟੀ ਐਂਡ ਪ੍ਰੀਪੇਅਰ ਫੋਰ ਦਾ ਮਾਰਕੀਟ। ਜਿਨ੍ਹਾਂ ਕੋਲ ਆਲਰੇਡੀ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ ਐਗਰੀਕਲਚਰ ਦਾ ਐਕਸਪੀਰੀਅੰਸ ਹੈਗਾ, ਇਹ ਜੋਬ ਨੂੰ ਅਪਲਾਈ ਕਰੋ। ਮੈਂ ਤੁਹਾਨੂੰ ਹੋਰ ਵੀ ਜੋਬ ਦਿਖਾਉਣਾ, ਠੀਕ ਹੈ, ਜੋਬ ਪੂਰੀ ਵੀਡੀਓ 'ਚ ਬਣੇ ਰਿਹਾ ਜੇ, ਬੜੀ ਵਧੀਆ ਜਿਹੜੀ ਇਨਫੋਰਮੇਸ਼ਨ ਦੇਣ ਲੱਗਾ ਤੁਹਾਨੂੰ, ਠੀਕ ਹੈ ਜੀ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ, ਤੁਸੀਂ ਅਪਲਾਈ ਕਿਵੇਂ ਕਰਨਾ, ਆਹ ਵੇਖੋ, ਚੀਮਾ ਫਾਰਮ ਕਰਕੇ ਹੈਗਾ। ਚੀਮਾ ਆਪਣੇ, ਤੁਹਾਨੂੰ ਪਤਾ, ਪੰਜਾਬੀ ਜੱਟਾਂ ਦੀ ਕਾਸਟ ਹੈ। ਚੀਮਾ ਫਾਰਮ PIA@gmail.com, ਤੁਸੀਂ ਇੱਥੇ ਜਾ ਕੇ ਆਪਣੇ ਕੈਨੇਡਾ ਦਾ CV, ਕੈਨੇਡੀਅਨ ਸਟਾਈਲ CV ਬਣਾ ਕੇ ਨਾ ਇਹਨਾਂ ਨੂੰ ਜੋ ਸੈਂਡ ਕਰੋ, ਅਤੇ ਤੁਹਾਡੀ ਜਲਦੀ ਤੋਂ ਜਲਦੀ ਸਿਲੈਕਸ਼ਨ ਹੋਵੇਗੀ। ਬਹੁਤ ਜਲਦੀ ਇਹਨਾਂ ਨੂੰ ਬੰਦੇ ਚਾਹੀਦੇ ਨੇ, ਅਤੇ ਇੱਥੇ ਮੈਂ ਤੁਹਾਨੂੰ ਦੱਸ ਦੇਣਾ ਕਿ ਆਪਣੇ ਪੰਜਾਬੀ ਬੰਦੇ ਦਾ ਫਾਰਮ ਵਰਕਰ ਹੈਗਾ ਅਤੇ ਵੈਰੀਫਾਈਡ ਹੈ ਜੀ, ਚੀਮਾ ਐਗਰੋ ਫਾਰਮ ਐਂਡ ਲੈਂਡ ਡਿਵਲਪਮੈਂਟ, ਅਤੇ ਆਪਣੇ ਜੱਟਾਂ ਦਾ ਹੈਗਾ, ਉਹਨਾਂ ਦੀ ਲੈਂਡ ਲੂਨ ਜ਼ਮੀਨ ਹੈਗੀ ਹੈ, ਵਾਧੂ 'ਤੇ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਅਪਲਾਈ ਕਰ ਸਕਦੇ ਹੋ। ਤੁਹਾਨੂੰ ਹੋਰ ਦਿਖਾਉਂਦਾ, ਇੱਕ ਜੋਬ ਨਹੀਂ ਹੈਗੀ ਕੈਨੇਡਾ ਬੈਂਕ ਜੋਬ ਦੇ ਵਿੱਚ, ਬਹੁਤ ਹੀ ਸਾਰੀਆਂ ਜੋਬ ਨੇ। ਫਾਰਮ ਵਰਕ ਤੁਹਾਨੂੰ ਦਿਖਾਤਾ ਮੈਂ, ਉਸ ਤੋਂ ਬਾਅਦ ਅੱਗੇ ਦਿਖਾ ਦੇਣਾ ਤੁਹਾਨੂੰ, ਆਹ ਵੇਖੋ, ਅਰਲੀ ਚਾਈਲਡਹੁੱਡ, ਮੇਰੀਆਂ ਭੈਣਾਂ ਅਗਰ ਅਪਲਾਈ ਕਰਨਾ ਚਾਹੁੰਦੀਆਂ ਨੇ ਉਹ ਵੀ ਅਪਲਾਈ ਕਰ ਸਕਦੇ ਨੇ, $15 ਘੰਟੇ ਦੇ ਹਿਸਾਬ ਨਾਲ। ਇਹ ਉੱਥੇ ਏਜੰਸੀ ਹੈਗੀ, ਇੱਥੇ ਲਿਖਿਆ ਹੈ ਨਾ, ਆਹ ਵੇਖੋ, ਰਿਕਰੂਟਮੈਂਟ ਏਜੰਸੀ ਹੈਗੀ ਹੈ ਕੋਈ ਉੱਥੇ ਦੀ, ਜੇ ਏਜੰਸੀ ਨਾਲ ਟਾਈਅਪ ਕਰੋਗੇ ਤਾਂ ਵੀ ਤੁਸੀਂ ਵਧੀਆ ਰਹੋਗੇ, ਠੀਕ ਹੈ। ਇੱਥੇ ਲਿਖਿਆ ਵੇਖੋ, ਆਹ ਵੀ ਚੀਜ਼ ਦਿਖਾ ਦੇਣਾ, ਲੀਮੀਆ ਅਪਰੂਵਡ, ਉਸ ਤੋਂ ਬਾਅਦ ਤੁਸੀਂ ਬਿਨਾਂ ਵਰਕ ਪਰਮਿਟ ਤੋਂ ਇੰਡੀਆ ਰਹਿ ਕੇ ਅਪਲਾਈ ਕਰ ਸਕਦੇ ਹੋ ਇੱਕ, ਉਸ ਤੋਂ ਬਾਅਦ ਜਿਹੜੀ ਹੈਗੀ ਹੈ ਲੀਮੀਆ ਅਪਰੂਵਡ ਹੈ, ਬੰਦੇ ਕੋਲ ਲੀਮੀਆ ਅਪਰੂਵਡ ਜੋਬ ਹੈਗੀ ਆਲਰੇਡੀ, ਅਤੇ ਕੁੜੀਆਂ ਵਾਸਤੇ ਕੰਮ ਹੈਗਾ, ਕੁੜੀਆਂ ਵੀ ਆਪਣੀ ਅਪਲਾਈ ਕਰ ਸਕਦੀਆਂ ਨੇ ਜਿਹੜੀਆਂ ਭੈਣਾਂ ਜਾਣਾ ਚਾਹੁੰਦੀਆਂ ਨੇ। ਪੜ੍ਹਾਈ ਲਿਖੀ ਉਹ ਵੀ ਦਿਖਾ ਦੇਣਾ ਤੁਹਾਨੂੰ, ਕਿੰਨੀ ਕੁ ਪੜ੍ਹਾਈ ਚਾਹੀਦੀ ਹੈ, ਸ਼ੋ ਡਿਟੇਲ 'ਚ ਜਾ ਕੇ ਤੁਹਾਡੇ ਕੋਲ ਦੇਖੋ, ਫਰੈਂਚ ਲੈਂਗੁਏਜ ਆਉਣੀ ਚਾਹੀਦੀ ਹੈ, ਠੀਕ ਹੈ, ਅਗਰ ਆਉਂਦੀ ਹੈ ਤਾਂ ਵਧੀਆ ਗੱਲ ਹੈ, ਬੈਚਲਰ ਡਿਗਰੀ ਹੋਵੇ, 1 ਤੋਂ 2 ਸਾਲ ਦਾ ਜਿਹੜਾ ਡਿਪਲੋਮਾ ਹੋਵੇ, ਠੀਕ ਹੈ ਜੀ। ਲਾਈਫ ਇੰਸ਼ੋਰੈਂਸ ਹੋਵੇ ਤੁਹਾਡੇ ਕੋਲ,
ਦੇ ਲਿਖੋ ਇਹ ਫਾਰਮ ਸੁਪਰ ਚਾਹੀਦਾ $22 ਘੰਟੇ ਦੀ ਤਨਖਾਹ ਹੈ ਜੀ, ਠੀਕ ਹੈ, ਇਹ ਵੀ ਤੁਸੀਂ ਅਪਲਾਈ ਕਰ ਸਕਦੇ ਹੋ, ਦੋ ਬੰਦੇ ਚਾਹੀਦੇ ਨੇ। ਉਸ ਤੋਂ ਬਾਅਦ ਤੁਹਾਨੂੰ ਹੋਰ ਦਿਖਾ ਦੇਣਾ ਮੈਂ ਇਹਦੇ 'ਚ ਫਾਰਮ ਵਰਕਰ ਦੀ, ਇੱਕ ਫਾਰਮ ਸੁਪਰਵਾਈਜ਼ਰ ਵੀ ਚਾਹੀਦਾ ਜੀ, ਇਹ ਵੀ ਆਪਣੇ ਲੀਮੀਆ ਅਪਰੂਵਡ ਜੋਬ ਹੈਗੀ ਹੈ, ਤੁਸੀਂ ਇਹ ਵੀ ਦੇਖ ਸਕਦੇ ਹੋ $16 ਤੋਂ ਲੈ ਕੇ $20 ਦੇ ਹਿਸਾਬ ਨਾਲ ਤੁਹਾਨੂੰ ਜਿਹੜੀ ਹੈ ਜੋਬ ਮਿਲੇਗੀ। ਜਲਦੀ ਤੋਂ ਜਲਦੀ ਅਪਲਾਈ ਕਰ ਲਓ, ਬਹੁਤ ਵਧੀਆ ਜੋਬਸ ਹੈਗੀਆਂ ਨੇ ਕੈਨੇਡਾ ਦੇ ਵਿੱਚ ਜਾ ਕੇ, ਲੀਮੀਆ ਅਪਰੂਵਡ ਜੋਬ ਨੇ ਸਾਰੀਆਂ, ਠੀਕ ਹੈ, ਤੁਸੀਂ ਜਾ ਸਕਦੇ ਹੋ। ਸਿਰਫ ਸਰਚ ਕੀ ਕਰਨਾ ਤੁਸੀਂ ਆਪਣੇ, ਤੁਹਾਨੂੰ ਮੈਂ ਦੁਬਾਰਾ ਫਿਰ ਦਿਖਾ ਦੇਣਾ ਸਰਚ ਕਰਨਾ ਕੀ ਹੈਗਾ। ਇੰਦੀ ਜੈਸਵਾਲ ਨੇ ਤੁਹਾਨੂੰ ਬੜੀ ਵਾਰੀ ਸਮਝਾਇਆ ਹੋਇਆ, ਬਟ ਆਪਾਂ ਮਿਹਨਤ ਨਹੀਂ ਕਰਦੇ, ਗੂਗਲ 'ਤੇ ਜਾਣਾ, ਕੈਨੇਡਾ ਜੋਬ ਬੈਂਕ ਲਿਖਣਾ, ਟੈਂਪਰੇਰੀ ਵਰਕ ਲਿਖਿਆ ਨਾ, ਪਹਿਲਾਂ ਕੈਨੇਡਾ ਜੋਬ ਲਿਖ ਲਿਆ ਜੇ, ਫਿਰ ਲਿਖ ਜਦੋਂ ਓਪਨ ਹੋ ਗਈ ਟੈਂਪਰੇਰੀ ਫੋਰਨ ਵਰਕ 'ਤੇ ਜਾ ਕੇ ਕਲਿੱਕ ਕਰ ਦਿਆ ਜੇ, ਜਦੋਂ ਕਲਿੱਕ ਕਰੋਗੇ ਤੁਹਾਨੂੰ ਸਾਰੀਆਂ ਜੋਬਸ ਜਿਹੜੀਆਂ ਮਿਲ ਜਾਣਗੀਆਂ। ਚੰਗੀ ਇਨਫੋਰਮੇਸ਼ਨ ਹੈਗੀ ਹੈ, ਆਪਣੇ ਭਰਾਵਾਂ ਨਾਲ, ਪੰਜਾਬੀ ਫੈਮਲੀਆਂ ਨਾਲ ਜ਼ਰੂਰ ਸ਼ੇਅਰ ਕਰੋ, ਜਿਹੜੇ ਪੜ੍ਹੇ ਲਿਖੇ ਬੰਦੇ ਨੇ ਉਹ ਵੀ ਜੋਬ ਅਪਲਾਈ ਕਰ ਸਕਦੇ ਨੇ, ਫ੍ਰੀ 'ਚ ਜੋਬ ਮਿਲਦੀਆਂ ਨੇ, ਬਸ ਇੱਥੇ ਕਲਿੱਕ ਕਰਨਾ। ਕਲਿੱਕ ਕਰਕੇ ਤੁਹਾਨੂੰ ਟਰੱਕ, ਫਾਰਮ ਵਰਕਰ, ਕੁੱਕ, ਬੜੀਆਂ ਜੋਬ ਮਿਲ ਜਾਣੀਆਂ ਯਾਰ, ਬਹੁਤ ਜੋਬ ਹੈਗੀਆਂ ਨੇ ਜਿਨ੍ਹਾਂ ਦੇ ਵਿੱਚ ਤੁਸੀਂ ਲੀਮੀਆ ਅਪਰੂਵਡ ਜਿਹੜੀਆਂ ਹੈਗੀਆਂ ਨੇ ਜੋਬ ਅਪਲਾਈ ਕਰ ਸਕਦੇ ਹੋ। ਆਈ ਹੋਪ ਵੀਡੀਓ ਚੰਗੀ ਲੱਗੀ ਹੋਏਗੀ, ਅਤੇ ਵੱਧ ਤੋਂ ਵੱਧ ਸ਼ੇਅਰ ਅਤੇ ਲਾਈਕ ਜ਼ਰੂਰ ਕਰਨਾ। ਜੇ ਤੁਹਾਡੇ ਕੋਲ ਟਾਈਮ ਨਹੀਂ ਹੈਗਾ ਮੈਨੂੰ ਵੀਡੀਓ ਥੱਲੇ ਕਮੈਂਟ ਕਰਕੇ ਦੱਸੋ, ਮੈਂ ਤੁਹਾਡੇ ਲਈ ਜੋਬ ਲੱਭ ਕੇ ਲੀਮੀ ਅਪਰੂਵਡ ਵਾਲੀ ਉਹਨਾਂ ਦੀ ਪਰਟੀਕੁਲਰ ਇੱਕ ਇੱਕ ਵੀਡੀਓ ਬਣਾ ਦਿਆ ਕਰਾਂਗਾ। ਤੁਸੀਂ ਡਾਇਰੈਕਟਲੀ ਜਾ ਕੇ ਉਹਨਾਂ ਨੂੰ CV ਸੈਂਡ ਕਰ ਦਿਆ ਕਰੋ। ਜੇ ਕੈਨੇਡੀਅਨ ਸਟਾਈਲ CV ਨਹੀਂ ਬਣਾਉਣਾ ਆਉਂਦਾ ਤਾਂ ਤੁਸੀਂ ਵੀਡੀਓ ਥੱਲੇ ਉਹ ਵੀ ਕਮੈਂਟ ਕਰਕੇ ਦੱਸ ਦਿਓ, ਤੁਹਾਨੂੰ ਕੈਨੇਡੀਅਨ CV ਜਿਹੜਾ ਬਣਾਉਣਾ ਸਿਖਾ ਦਾਂਗਾ ਕਿਵੇਂ ਬਣਾਈਦਾ। ਯੂਰੋਪਾਸ ਵਾਲਾ CV ਮੈਂ ਤੁਹਾਨੂੰ ਬਣਾਉਣਾ ਸਿਖਾਇਆ ਹੋਇਆ, ਉਹ ਤੁਸੀਂ ਮੇਰੇ ਚੈਨਲ 'ਤੇ ਜਾ ਕੇ ਦੇਖ ਸਕਦੇ ਹੋ। ਠੀਕ ਹੈ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।